بسم اللہ الرحمن الرحیم السلام علیکم ਤੁਸੀਂ ਵੇਖਦੇ ਹੋ ਮੇਰਾ YouTube ਚੈਨਲ ਪਿੰਡ ਪੰਜਾਬ ਦੇ ਪਾਕਿਸਤਾਨ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਇੱਕ ਰੋਚਕ ਮੰਜ਼ਰ ਲੈ ਕੇ ਆਇਆ ਬੜਾ ਲਾਜਵਾਬ ਤੇ ਬਹੁਤ ਹੀ ਕਮਾਲ ਦਾ ਜਿੱਦਾਂ ਨਾ ਗੱਡੇ ਅਸੀਂ ਬਹੁਤ ਵੇਖੇ ਬੜੇ ਵੇਖੇ ਤੇ ਬਹੁਤ ਵੀਡੀਓ ਲਾਈਆਂ ਪਰ ਆ ਜਿਹੜਾ ਜਿਗਾਰਡ ਆ ਨਾ ਅੱਜ ਇਹ ਟਰਾਲੇ ਵਾਲਾ ਜਿਗਾਰਡ ਹੁੰਦਾ ਤੇ ਅੱਗੇ ਕਦੀ ਨਹੀਂ ਦੇਖਣ ਨੂੰ ਲੱਭਿਆ ਆ ਦੇਖੋ ਇਹ ਬਹੁਤ ਨਿਆਬ ਸੀਨ ਆ ਤੇ ਹੁਣ ਇਹਨੂੰ ਅਸੀਂ ਲੱਦਣਾ ਵਾ ਪੱਠਿਆਂ ਨਾਲ ਆ ਦੇਖੋ ਇਹ ਜਿੱਦਾਂ ਟਰਾਲਾ ਬਾਈ-ਵੀਲਰ ਮੁੜਦਾ ਹੁੰਦਾ ਉਦਾਂ ਮੁੜਦਾ ਇਹ ਤੇ ਐਡਾ ਨੇ ਮੰਦਰ ਦੇਖਣ ਨੂੰ ਬਹੁਤ ਘੱਟ ਮਿਲਦੇ ਆ ਅੱਜ ਮੇਰੀ ਨਜ਼ਰ ਦੇ ਵਿੱਚ ਇਹ ਆਇਆ ਸੀ ਪਹਿਲੀ ਵਾਰੀ ਤੇ ਮੈਂ ਸੋਚਿਆ ਵੀ ਆਪਣੇ ਭਰਾਵਾਂ ਨਾਲ ਵੀ ਮੈਂ ਸ਼ੇਅਰ ਕਰ ਦਵਾ ਅਣ ਪੱਠੇ ਲੱਦ ਲਈਏ ਫਿਰ ਲੈ ਕੇ ਜਾਂਦੇ ਆ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਸਾਰਾ ਮੰਦਰ ਤੇ ਐਦਾਂ ਦਾ ਜੱਟ ਜਿਗਾੜ ਦੇਖਣ ਨੂੰ ਪੰਜਾਬ ਪਾਕਿਸਤਾਨ ਦੇ ਵਿੱਚ ਮਿੰਨੋ ਤੇ ਭਾਈ ਪਹਿਲੀ ਵਾਰੀ ਮਿਲਿਆ ਸਵਾਦ ਵੀ ਬਹੁਤ ਆਉਣਦਿਆ ਮੈਂ ਕਿ ਆਪਣੇ ਵੀਰਾਂ ਨੂੰ ਵੀ ਲਾਜ਼ਮੀ ਦਿਖਾਈਏ ਇਹ ਜਿਗਾੜ ਅਸੀਂ ਤਾਂ ਲਾਇਆ ਵੀ ਜਾਨਵਰ ਬਹੁਤੇ ਆ ਪੱਠੇ ਵੱਧ ਹੁੰਦੇ ਆ ਤੰਗ ਨਹੀਂ ਹੋਣਾ ਪੈਂਦਾ ਦੇਖ ਲਓ ਵੀ ਟਰਾਲਾ ਪੂਰਾ ਵਾ ਮਾਸ਼ਾ ਅੱਲਾਹ ਜੇ ਤੁਸੀਂ ਇਦਾਂ ਦੇ ਪੰਜਾਬ ਦੇ ਪੁਰਾਣੇ ਮਾਹੌਲ ਨੂੰ ਪਸੰਦ ਕਰਦੇ ਆਂ ਇਦਾਂ ਦੇ ਮੰਦਰ ਦੇਖਣ ਦੇ ਸ਼ੌਕੀਨ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਆ ਦੇਖੋ ਹੁਣ ਆਮ ਰੇੜਾ ਹੁੰਦਾ ਤੇ ਉਹਨੂੰ ਮੋੜਨਾ ਬਹੁਤ ਔਖਾ ਹੋ ਜਾਣਾ ਸੀ ਇਹ ਉੱਥੇ ਹੀ ਬੈਰਿੰਗ ਲੱਗਿਆ ਇਹਦੇ ਵਿੱਚ ਇਹ ਉੱਥੇ ਹੀ ਮੁੜ ਜਾਂਦਾ ਤੇ ਬੋਲ ਦੇ ਹੈਗੇ ਆ ਦੇਸੀ ਧੰਨੀ ਦੋਨੇ ਹੀ ਦੋਨੇ ਧੰਨੀ ਦੇ ਆ ਹੁਣ ਅਸੀਂ ਲੱਦਣੇ ਪੱਠੇ ਖਾਸ ਮੰਜ਼ਰ ਮੇਰੀ ਤੇ ਜ਼ਿੰਦਗੀ ਦੇ ਵਿੱਚ ਐਦਾ ਦਾ ਰੇੜਾ ਪਹਿਲੀ ਵਾਰੀ ਆਇਆ 200 ਮਣ ਵੀਰ ਨੇ ਮੈਨੂੰ ਦੱਸਿਆ ਭਾਈ ਨੇ ਇਹਨਾਂ ਤੇ ਅਸੀਂ ਗੰਨਾ ਖੜਦੇ ਰਹੇ ਆ ਜਦੋਂ ਗੰਨੇ ਦਾ ਸੀਜ਼ਨ ਸੀ ਮੇਲੇ ਤੇ ਖੜਦੇ ਸੀ ਗੰਨਾ 200 ਮਣ ਇੰਨਾ ਬੋਲ ਦਾ ਨਾਲ ਹੀ ਹੁਣ ਇਹਨਾਂ ਲੱਦਣੇ ਅਸੀਂ ਪੱਠੇ ਜਦੋਂ ਪੱਠਿਆਂ ਦਾ ਰੇੜਾ ਇਹ ਲੋਡ ਹੋਣਾ ਵਾ ਫਿਰ ਇਹਨੂੰ ਚਲਾਉਣਾ ਉਹ ਵੀ ਭਰਾਵਾਂ ਨੂੰ ਸਾਰਾ ਦਿਖਾਉਣਾ ਵਾ ਮੰਜਰ ਕਿਦਾਂ ਦਾ ਲੱਗਿਆ ਇਹ ਮੇਰੇ ਵੀਰ ਮੇਰੇ ਭਰਾ ਜਿਹੜੇ ਮੈਨੂੰ ਦੇਖਦੇ ਰਹਿੰਦੇ ਆ ਉਹ ਹੀ ਦੱਸਣਗੇ ਤੇ ਖਾਸ ਚੜ੍ਹਦੇ ਪੰਜਾਬ ਵਾਲਾ ਭਰਾ ਜਿਹੜਾ ਮੈਂ ਥੋੜਾ ਕੁ ਭਾਜੀ ਲੇਟ ਹੋ ਗਿਆ ਸੀ ਤੁਹਾਡਾ ਨਾਮ ਬੋਲਣਾ ਇਹ ਖਾਸ ਚੜ੍ਹਦੇ ਪੰਜਾਬ ਵਾਲੇ ਭਰਾ ਲਈ ਵੀਡੀਓ ਮੈਂ ਬਣਾਉਣ ਲੱਗਾ ਜਿਹੜਾ ਵੀਰ ਅਕਸਰ ਮੇਰੀ ਵੀਡੀਓ ਦਾ ਵੇਟ ਕਰਦਾ ਤੇ ਭਾਜੀ ਹੁਣ ਜਿਗਾੜ ਤੁਹਾਨੂੰ ਕਿਦਾਂ ਦਾ ਲੱਗਿਆ ਭਾਜੀ ਤੁਸੀਂ ਦੱਸੋਗੇ ਮੈਨੂੰ ਅਸਲਾਮੁਅਲੈਕਮ ਜੀ ਵਾਲੇਕੁਮ ਅਸਲਾਮ ਭਾਜੀ ਕੀ ਹਾਲ ਹੈ ਠੀਕ ਠਾਕ ਠੀਕ ਠਾਕ ਅੱਲਾ ਦਾ ਕਰਾਂ ਅੱਛਾ ਭਾਜੀ ਜਿਹੜੇ ਆਪਣੇ ਬਹਾ울 ਦਾ ਹਾਂਜੀ ਇਹਨਾਂ ਦੀ نسل ਦੱਸ ਦੋ ਤੁਸੀਂ ਇੰਨੇ نسل ਧੰਨੀ ਇਹ ਧੰਨੀ ਆ ਜੀ ਤੇ ਭਾਜੀ ਮੂੰਹ ਮੂੰਹ ਪੂਰੇ ਜਵਾਨ ਪੂਰੇ ਜਵਾਨ ਗੱਭਰੂ ਹੋ ਗਏ ਆ ਤੇ ਹੁਣ ਭਾਜੀ ਆਪਾਂ ਪੱਠੇ ਲੈਣ ਆਏ ਆ ਹਨਾ ਹਾਂਜੀ ਪੱਠੇ ਲੈਣ ਆਏ ਤੇ ਜਿੱਦਾਂ ਮੈਂ ਤੁਹਾਨੂੰ ਸਪੈਸ਼ਲ ਰੋਖਿਆ ਭਾਜੀ ਇਹ ਮੈਨੂੰ ਚਲਾ ਕੇ ਦਿਖਾਓ ਰੇੜਾ ਇਦਾਂ ਦਾ ਤੁਹਾਨੂੰ ਪਤਾ ਆਪਣੇ ਇਲਾਕੇ ਤੇ ਹੋਰ ਤਾਂ ਕਿਸੇ ਤੋਂ ਨਹੀਂ ਹੈਗਾ। ਨਹੀਂ ਕੋਈ ਨਹੀਂ। ਚਲੋ ਪਾਜੀ ਤੁਸੀਂ ਕਰੋ ਕੰਮ-ਸ਼ਾਮ ਆਪਣਾ ਤੇ ਮੈਂ ਥੋੜਾ ਜਿਹਾ ਮੰਜ਼ਰ ਕੈਚ ਕਰ ਲਵਾਂ। ਠੀਕ ਹੋ ਗਿਆ। ਆਹ ਦੇਖੋ ਜੀ ਇਹ ਹੁੰਦਿਆ ਤਵੇ ਇਹ ਬੈਰੰਗ ਦਾ ਕੰਮ ਦਿੰਦੇ ਆ। ਇੱਥੇ ਫਿਰ ਇੱਕ ਪੈਰ ਤੇ ਇਹ ਰੇੜਾ ਜਿਹੜਾ ਨਾ ਮੁੜ ਜਾਂਦਾ। ਟਰਾਲਾ। ਇਹ ਟਰਾਲੇ ਵਾਲਾ ਹਸਾਵਾ ਨਿਸ਼ਾਨ ਟਰਾਲੇ ਵਾਲਾ ਪਾਜੀ ਨੂੰ ਹਣ ਮੈਂ ਉੱਤੇ ਚੜਾ ਕੇ ਨਾ ਚਕਾ ਕੇ ਵੀਰਾਂ ਦੇ ਨਾਲ ਸ਼ੇਅਰ ਕੀਤਾ। ਛੱਡ ਦਿਓ ਪਾਜੀ ਹੁਣ ਛੱਡੋ ਇਹ ਆਹ ਹੁਣ ਬੰਦ ਹੋ ਗਿਆ। ਭਾਈ ਆ ਦੇਖ ਲੋ ਹੁਣ ਸਾਰਾ ਟਰਾਲਾ ਇਹਦਾ ਸਾਰਾ ਸਿਸਟਮ ਜਿਹੜਾ ਨਾ ਨਿਸ਼ਾਨ ਟਰਾਲੇ ਵਾਲਾ ਵਾ ਇਹ ਉਠਾਂ ਦੇ ਪਿੱਛੇ ਤੇ ਅਕਸਰ ਦੇਖਣ ਨੂੰ ਲੱਭ ਜਾਂਦਾ ਪਰ ਬੋਲਦਾਂ ਦੇ ਪਿੱਛੇ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰੀ ਦੇਖਿਆ ਆ 2 ਮਿੰਟ ਖੜਦੇ ਮੈਨੂੰ ਖੂਤਾ ਲਾ ਲੋਂਦੇ ਤੇ ਆ ਦੋ ਬੋਲਦ ਜੋੜੇ ਆ 9 ਲੱਖ ਲੱਗਲੇ ਇਹਨਾਂ ਦਾ ਅੱਗੇ ਟਰੈਕਟਰ ਜਿੰਨੇ ਪੈਸੇ ਲੱਗ ਗਏ ਮਾਸ਼ਾਅੱਲਾ ਜਦੋਂ ਮਰਜ਼ੀ ਲੈ ਲਓ ਟਰੈਕਟਰ ਬਾਹਰ ਹਾਲ ਭਾਜੀ ਕਹਿੰਦਾ ਵੀ ਸਾਡਾ ਸ਼ੌਕ ਆ ਸਾਡੇ ਪੇ ਦਾਦਿਆਂ ਨੇ ਸਾਨੂੰ ਵਿਰਾਸਤ ਚ ਦਿੱਤੇ ਆ ਤੇ ਭਾਜੀ ਹੁਣੀ ਸਾਰਾ ਕੰਮ ਇਹਦਿਆਂ ਦੇ ਨਾਲ ਹੀ ਕਰਦੇ ਆ ਭਾਜੀ ਕਹਿੰਦਾ ਵੀ 9 ਲੱਖ ਰੁਪਈਆ ਇਸ ਜੋੜੀ ਦਾ 9 ਲੱਖ ਲੱਗ ਗਿਆ ਹੁਣ ਐਸ ਸਾਈਡ ਤੋਂ ਵੀ ਮੈਂ ਕੈਮਰਾਮੈਨ ਕਹਾਂ ਮੈਂ ਦੋਵੇਂ ਹੀ ਸਾਈਡਾਂ ਤੋਂ ਵੀਰਾਂ ਨੂੰ ਬੋਲਦ ਦੋਵੇਂ ਹੀ ਦਿਖਾ ਦਵਾਂ ਹੁਣ ਪੱਠੇ ਲੱਦ ਲਈਏ ਫਿਰ ਟੱਕ ਦੇ ਵਿੱਚੋਂ ਹੀ ਪੁੱਟਣਾ ਵਾ ਉਹ ਵੀ ਭਰਾਵਾਂ ਨੂੰ ਸਾਰਾ ਦਿਖਾਉਂਦੇ ਆ ਲਓ ਵੀ ਮੇਰੇ ਭਰਾਵੋ ਜਿੰਨੇ ਵੀ ਮੇਰੇ ਭਰਾਵਾ ਰੇੜਾ ਹੁਣ ਮੋੜਨਾ ਸੀ ਰੇੜਾ ਮੋੜ ਦੇਣਾ ਵਾ ਤੇ ਜਦੋਂ ਮੋੜਨਾ ਤੁਸੀਂ ਜਿਹੜੇ ਅਗਲੇ ਮੋਹਰਲੇ ਟਾਇਰ ਹਨ ਤੁਸੀਂ ਮੋਹਰਲੇ ਟਾਇਰਾਂ ਤੇ ਨਜ਼ਰ ਰੱਖਣੀ ਆ ਵੀ ਉਹ ਕਿੱਦਾਂ ਮੋੜਦੇ ਆ ਨਿਸ਼ਾਨ ਟਰਾਲੇ ਤਰ੍ਹਾਂ ਸਵਾਦ ਪੂਰਾ ਆਊਗਾ ਲਓ ਵੀ ਮਿੱਤਰੋ ਇਹ ਰੇੜਾ ਹੁਣ ਨਾ ਮੋੜਨ ਲੱਗੇ ਆ ਤੇ ਅਗਲੇ ਮੋੜ ਲਈ ਟਾਇਰਾਂ ਤੇ ਤੁਸੀਂ ਮੋੜ ਲਈ ਟਾਇਰਾਂ ਤੇ ਰੱਖਣੀ ਹੈ ਨਜ਼ਰ ਇਹ ਆ ਦੇਖੋ ਬਈ ਐਦਾਂ ਇਹ ਮੁੜ ਜਾਂਦਾ ਨਿਸ਼ਾਨ ਟਰਾਲੇ ਤਰ੍ਹਾਂ ਇਹ ਆ ਦੇਖੋ ਟਾਇਰ ਮੁੜ ਗਏ ਹੁਣ ਲਓ ਜੀ ਹੋ ਪਰ ਹੋ ਬਹੁਤ ਸਵਾਦ ਆਉਣਦਿਆ ਬਹੁਤ ਤੇ ਆ ਦੇਖੋ ਵੀ ਟਰਾਲੇ ਤਰ੍ਹਾਂ ਮੁੜ ਜਾਂਦਾ ਇਹ ਆਖਰੀ ਢੇਰੀ ਰਹਿ ਗਈ ਆ ਬਣੇ ਰਿਓ ਨਾਲ ਅਖ ਸਿਰੇ ਤੱਕ ਦੇਖਿਓ ਵੀਡੀਓ ਪੂਰਾ ਸਵਾਦ ਆਊਗਾ ਤੇ ਮੈਂ ਅਕਸਰ ਪੰਜਾਬ ਦੇ ਪੁਰਾਣੇ ਵਿਰਸੇ ਤੇ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਪ੍ਰਮੋਟ ਕਰਨ ਲਈ ਜਿਹੜੇ ਕਿ ਮੁੱਕਦੇ ਜਾਂਦੇ ਆ ਤੇ ਤੁਹਾਨੂੰ ਪਤਾ ਵਾ ਸਾਰਾ ਕਿ ਦੌਰ ਦौरा ਹੈਗਾ ਸਾਰਾ ਮਸ਼ੀਨਰੀ ਦਾ ਇਦਾਂ ਦੇ ਨਿਆਬ ਵਿਰਸੇ ਜਿਹੜੇ ਆ ਦੇਖਣ ਨੂੰ ਘੱਟ ਲੱਭਦੇ ਆ ਤੇ ਮੈਂ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਪ੍ਰਮੋਟ ਕਰਨ ਲਈ ਆਹ ਚੈਨਲ ਬਣਾਇਆ ਵਾਂ ਮੈਂ ਅਕਸਰ ਇਦਾਂ ਦੀਆਂ ਵੀਡੀਓ ਅਪਲੋਡ ਕਰਦਾ ਰਹਿੰਦਾ ਵਾਪਸੀ ਹੋ ਗਈ ਆ ਤੇ ਹੁਣ ਚੱਲੇ ਆ ਚੜ ਜਾਣਾ ਇੱਥੋਂ ਸੜਕ ਤੇ ਰੇੜਾ ਚੜ ਗਿਆ ਤੇ ਹੁਣ ਹੋ ਗਈ ਆ ਘਰ ਦੀ ਵਾਪਸੀ ਮਨਜ਼ਰ ਕਿਦਾਂ ਲੱਗਿਆ ਨਜ਼ਾਰਾ ਕਿਦਾਂ ਲੱਗਿਆ ਇਹ ਹੁਣ ਮੇਰੇ ਭਰਾਵਾਂ ਨੇ ਮੈਨੂੰ ਦੱਸਣਾ ਵਾ ਤੇ ਮੈਂ ਅਕਸਰ ਇੱਕ ਦਨੀਆਂ ਵੀਡੀਓ ਅਪਲੋਡ ਕਰਦਾ ਰਿਹਾ ਤਾਂ ਮੈਨੂੰ ਦਿਓ ਹੁਣ ਇਜਾਜ਼ਤ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤਾਈਂ ਰੱਬ ਰੱਖਾ